A South Asian Canadian channel. कार दी अग नू फायर ब्रिगेड दी मदद नाल बुझाया गया। उत्थे ही कार मालक ने दस्या कि कार विच उन्हां दे जरूरी कागजात अते 20,000 रुपए दी नकदी भी सड़ के सवाह हो गई है। पिंड छलेड़ी कलां विखे 417 एकड़ जमीन दा मामला उस समय गरमा गया जदों पिंड दी शामला जमीन दी बोली करवाउण तों रोकण लई पिंड वासियां दे हक विच भारतीय किसान यूनियन सिद्धूपुर ने अणमिथे समय लई धरना लगाउण दा ऐलान कीता है। दसण योग है कि लंघी 12 मई नू पंचायत मंत्री दी हाजरी विच पिंड वासियां ने 117 सालां इस शाम लाट जमीन का कब्जा सरकार नू सुपुर्द करन दा ऐलान किया सी। जिस तो बाद इस मौके किसान यूनियन दे सीनियर मीत प्रधान जसबीर सिंह सिद्धपुर ने दस्या कि इस पिंड दी शाम लाट जमीन माल विभाग दे रिकॉर्ड मुताबक पिंड वासियां दी है अते रहेगी। उन्हां कहा कि जदों भी पंचायत विभाग दे अधिकारी इस पिंड दी बोली करन लई पिंड विच आउणगे तां उन्हां दा विरोध करके ਉਹਨਾਂ ਨੂੰ ਵਾਪਸ ਮੋੜ ਦਿੱਤਾ ਜਾਵੇਗਾ। ਇਹ ਪਤਾ ਹੀ ਲੱਗ ਰਿਹਾ ਕਿ ਜਿਹੜੀ ਹੁਣ ਨਵੀਂ ਸਰਕਾਰ ਬਣੀ ਆ ਬਹੁਤ ਅਸੀਂ ਤਾਂ ਇਹ ਤੋਂ ਆਸਾਂ ਰੱਖੇ ਹਾਂ ਤਿਆਂ ਕਿ ਸਾਡੇ ਪਬਲਿਕ ਦੇ ਬਹੁਤ ਭਲਾਈ ਦੇ ਕੰਮ ਕਰੂਗੀ, ਪਰ ਇਹ ਤਾਂ ਜਿਹੜੀਆਂ ਪਹਿਲੀਆਂ ਦੋ ਰਵਾਇਤੀ ਸਰਕਾਰਾਂ ਤੀਆਂ ਉਹਨਾਂ ਤੋਂ ਵੀ ਕਿਤੇ ਜ਼ਿਆਦਾ ਮਾੜੀ ਸਰਕਾਰ ਨਿਕਲੀ ਆ। ਜਿਹੜੀ ਆਉਂਦੀ ਆ ਸਾਰੇ ਮਹੀਨੇ ਦੇ ਅੰਦਰ ਅੰਦਰ ਇਹਨਾਂ ਨੇ ਗਰੀਬ ਮਜ਼ਦੂਰ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਨੇ ਸ਼ੁਰੂ ਕਰਤੇ। ਇੱਕ ਪਾਸੇ ਤਾਂ ਵੱਡੀਆਂ ਵੱਡੀਆਂ ਲਾਂਡਾਂ ਲਾਉਂਦੇ ਸੀ ਕਿ ਅਸੀਂ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ, ਜਿਹਦੇ ਕੋਲ 2 ਕਿੱਲਿਆਂ ਜਾਂ ਅੱਧਾ ਕਿੱਲਾ ਜਾਂ 6 ਕਿੱਲਿਆਂ ਉਹਨਾਂ ਗਰੀਬ ਕਿਸਾਨਾਂ ਤੋਂ ਰੁਜ਼ਗਾਰ ਖੋ ਕੇ ਵੱਡੇ ਵੱਡੇ, ਸਾਨੂੰ ਪਤਾ ਕਿ ਵੱਡੇ ਵੱਡੇ ਕਾਰਪੋਰੇਟ ਘਰਾਣੇ ਨੇ ਸੰਭਾਉਣਾ ਚਾਹੁੰਦੇ ਹਾਂ। ਅਸੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੋਣ ਦੇਵਾਂਗੇ। ਅਸੀਂ ਮਰ ਜਾਵਾਂਗੇ, ਮਿਟ ਜਾਵਾਂਗੇ, ਪਰ ਅਸੀਂ ਅਜਿਹੀਆਂ ਹਰਕਤਾਂ ਸਰਕਾਰ ਨੂੰ ਨਹੀਂ ਕਰਨ ਦੇਵਾਂਗੇ ਜਿਵੇਂ ਕਿ ਕੱਲ੍ਹ ਅਸੀਂ 3-4 ਜਗ੍ਹਾ ਪਟਿਆਲੇ ਤੋਂ ਪ੍ਰਸ਼ਾਸਨ ਮੋੜਿਆ। ਇਸੇ ਤਰ੍ਹਾਂ ਅਸੀਂ ਇੱਥੋਂ ਵੀ ਮੋੜਾਂਗੇ। ਸਾਡੇ ਨਾਲ ਸਾਰਾ ਇੱਥੋਂ ਦਾ ਸਾਰਾ ਜਿਹੜਾ ਆਪਣਾ ਇਹ ਸਲੇੜੀ ਕਲਾਂ ਪਿੰਡ ਦੇ ਲੋਕ ਨੇ ਇਹ ਵੀ ਨਾਲ ਨੇ, ਅਸੀਂ ਇਹਨਾਂ ਦੀ ਸਪੋਰਟ 'ਤੇ ਆਏ ਹਾਂ ਕਿਉਂਕਿ ਇਹ ਵਿਚਾਰੇ ਸਾਡੇ ਕੋਲ ਫਰਿਆਦ ਲੈ ਕੇ ਗਏ ਕਿ ਸਾਡੇ ਨਾਲ ਇਸ ਤਰ੍ਹਾਂ ਦਾ ਧੱਕਾ ਹੋ ਰਿਹਾ। ਇਹਨਾਂ ਕੋਲ 1904 ਤੋਂ ਮਾਲਕਾਂ ਜ਼ਮੀਨ ਆ, ਇਹ ਇਹਨਾਂ ਤੋਂ ਖੋਣਾ ਚਾਹੁੰਦੇ ਆ। ਪਤਾ ਨਹੀਂ ਕਿਸ ਢੰਗ ਨਾਲ ਕਹਿੰਦੇ ਨੇ ਇਹ ਕਿ ਇਹ ਜਿਹੜੀ ਜ਼ਮੀਨ ਹੈ ਅਸੀਂ ਤੁਹਾਨੂੰ ਪੱਕੇ ਮਾਲਕ ਬਣਾਵਾਂਗੇ। ਆਹ ਮੋਬਾਇਲ ਮੇਰਾ, ਇਹ ਮੇਰਾ ਹੀ ਆ, ਇਹ ਕੌਣ ਮੈਨੂੰ ਦਵਾ ਦੂਗਾ? ਜਿਹੜੀ ਜ਼ਮੀਨ ਇਹਨਾਂ ਦੀ ਹੈ ਉਹ ਜ਼ਮੀਨ ਇਹਨਾਂ ਦੀ ਰਹੂਗੀ। ਕਿਸ ਤਰ੍ਹਾਂ ਕਹਿ ਰਹੀ ਹੈ ਇਹਨਾਂ ਨੂੰ ਕਿਸਾਨ ਵਿਚਾਰਾ ਭੋਲਾ? ਅਸੀਂ ਬਹੁਤ ਥਾਵੇਂ ਇਹ ਦੇਖਿਆ ਸੀ ਜਿੱਥੇ ਕਿਤੇ ਆੜ੍ਹਤੀਆਂ ਦੇ ਤੋਲ ਫੜਦੇ ਆ, ਉੱਥੇ ਬੜੀ ਜਲਦੀ ਕਿਸਾਨ ਆੜ੍ਹਤੀ ਨਾਲ ਸਹਿਮਤ ਹੋ ਜਾਂਦਾ, ਭੋਲਾ ਪਾਉਣ ਉਹ ਵੜਿਆ ਲੈਂਦਾ। ਇਸ ਤਰ੍ਹਾਂ ਇਹਨਾਂ ਨੂੰ ਸਾਡਾ MLA ਪਹਿਲਾਂ ਵੜਿਆ ਗਿਆ ਕਿ ਤੁਹਾਨੂੰ 10-10 ਲੱਖ ਰੁਪਈਆ ਜਾਂ ਕੁਛ ਰੁਪਈਏ ਦੇ ਕੇ ਜਾਵਾਂਗੇ ਅਤੇ ਤੁਹਾਨੂੰ ਤੁਹਾਡੀ ਜ਼ਮੀਨ ਦੇ ਇਹ ਤੁਹਾਡੀ ਸੇਰਾ ਸੇਰੀ ਮੰਗ ਜ਼ਮੀਨ ਦੇ ਤੁਹਾਨੂੰ ਪੈਸੇ ਮਿਲਣਗੇ। ਇਹ ਵਿਚਾਰੇ ਉਦੋਂ ਵੱਗ ਗਏ ਪਰ ਇਹਨਾਂ ਨੇ ਕੋਈ ਬੋਲੀ ਨਹੀਂ ਦਿੱਤੀ ਆਪਣੀ ਜ਼ਮੀਨ 'ਤੇ। ਉਹ ਜ਼ਮੀਨ ਇਹਨਾਂ ਦੇ ਕੋਲ ਹੈ ਜਿਹੜੀ ਜ਼ਮੀਨ ਦੀ ਬੋਲੀ ਹੋਣੀ ਉਹ 10 ਕਿੱਲੇ ਪਹਿਲਾਂ ਹੀ ਰੱਖੀ ਹੋਈ ਹੈ। ਸ਼ਾਮ ਲਾਟ ਜਿਹੜੀ ਜ਼ਮੀਨ ਆ ਉਹਦੀ ਬੋਲੀ ਪਹਿਲਾਂ ਵੀ ਹੁੰਦੀ ਆ, ਉਹਦੀ ਬੋਲੀ ਹੁਣ ਵੀ ਹੋ ਜੂਗੀ, ਉਹਦੇ ਵਿੱਚ ਕੋਈ ਇਤਰਾਜ਼ ਨਹੀਂ। ਪਰ ਜਿਹੜੀ ਇਹਨਾਂ ਦੀ ਜ਼ਮੀਨ ਆ ਉਹ 'ਤੇ ਹਰ ਕੋਈ ਬੋਲੀ ਨਹੀਂ ਹੋਊਗੀ, ਉਹ ਇਹ ਆਪ ਵਾਹੁਣਗੇ ਜਿਵੇਂ ਇਹ ਪਹਿਲਾਂ ਤੋਂ ਵਾਹੁੰਦੇ ਆ। 1904 ਤੋਂ ਵਾਹ ਰਹੇ ਨੇ ਇਹ ਲਗਾਤਾਰ ਇਹਨਾਂ ਤੋਂ 2012 ਦੇ ਵਿੱਚ ਮੈਨੂੰ ਪਤਾ ਲੱਗਿਆ ਕਿ 2012 ਦੇ ਵਿੱਚ ਇਹਨਾਂ ਨੂੰ ਅਕਾਲੀ ਸਰਕਾਰ ਨੇ ਵੀ ਤੁਹਾਨੂੰ ਮਾਲਕੀ ਦਵਾਵਾਂਗੇ, ਉਦੋਂ ਵੀ ਇਹਨਾਂ ਤੋਂ ਪੈਸੇ ਭਰਾਏ ਗਏ ਨੇ। ਇਹ ਉਦੋਂ ਵੀ ਵਿਚਾਰੇ ਭੋਲੇ ਲੋਕ ਪੈਸੇ ਭਰ ਚੁੱਕੇ ਆ। ਪਤਾ ਨਹੀਂ ਕਿਹੜੇ ਢੰਗ ਨਾਲ ਇਹਨਾਂ ਦੀ ਅਸਲ ਮਾਲਕ ਬਣੂ, ਕਿਹੜੇ ਢੰਗ ਨਾਲ ਨਹੀਂ। ਜਿਹੜੀ ਸਰਕਾਰ ਆਉਂਦੀ ਆ ਉਹੀ ਸਰਕਾਰ ਕਹਿਣ ਲੱਗ ਜਾਂਦੀ ਆ ਅਸੀਂ ਤੁਹਾਨੂੰ ਮਾਲਕੀ ਦੇਵਾਂਗੇ। ਕਿਸ ਢੰਗ ਨਾਲ ਮਾਲਕੀ ਦੇਵਾਂਗੇ? 23 ਤਰੀਕ ਰੱਖੀ ਸੀ ਮੀਟਿੰਗ ਦੀ ਸਾਡੀ ਜਥੇਬੰਦੀਆਂ ਨਾਲ, ਅਤੇ ਉਦੋਂ ਗੱਲੇਵਾਲ ਸਾਹਿਬ ਨੇ ਇਹਨਾਂ ਨਾਲ ਆਪਣਾ ਪੰਚਾਇਤ ਮੰਤਰੀ ਨਾਲ ਮੀਟਿੰਗ ਕੀਤੀ, ਅਤੇ ਉਦੋਂ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਪੰਚਾਇਤੀ ਜ਼ਮੀਨ ਦਾ ਕੰਮ ਹੈ ਇਹ ਅਸੀਂ 15 ਦਿਨ ਦਾ ਨੋਟਿਸ ਦੇਵਾਂਗੇ। ਜਿਹੜੀ 30 ਮਈ ਵਾਲੀ ਗੱਲ ਸੀ ਉਹਨੂੰ 31 ਜੂਨ ਕੀਤਾ ਇਹਨਾਂ ਨੇ, 30 ਜੂਨ ਕੀਤਾ, ਅਤੇ ਉਹਦੇ ਵਿੱਚ ਜਿਹੜੀ ਆਬਾਦਕਾਰਾਂ ਵਾਲੀ ਜ਼ਮੀਨ ਆ ਉਹਦੇ 'ਚ ਅਸੀਂ ਦੇਖ ਕੇ ਜੋ ਵੀ ਕਾਗਜ਼ੀ ਕਾਰਵਾਈ ਆ ਉਹ ਦੇਖ ਕੇ ਉਹਨੂੰ ਕੋਈ ਰਾਹਤ ਦੇਵਾਂਗੇ। ਅਤੇ ਇਹਦੇ 'ਚ ਇੱਕ ਕਮੇਟੀ ਬਣਾਈ ਸੀ ਜਿਹਦੇ 'ਚ 5 ਮੈਂਬਰ ਕਿਸਾਨ ਯੂਨੀਅਨ ਦੇ ਅਤੇ 4 ਮੈਂਬਰ ਆਪਣਾ ਪੰਚਾਇਤ ਸਰਕਾਰ ਦੇ, ਅਤੇ ਉਹ ਜੋ ਵੀ ਪਾਸ ਕਰੂਗੀ ਕਮੇਟੀ ਅਤੇ ਉਹ ਤੋਂ ਬਾਅਦ ਉਹੋ ਜਿਹਾ ਫੈਸਲਾ ਲਿਆ ਜਾਊਗਾ। ਪਰ ਸਾਡੇ ਨਾਲ ਇਹ ਧੱਕਾ ਹੋ ਰਿਹਾ, ਪਹਿਲੀ ਬੋਲੀ ਦੀ ਤਰੀਕ ਇਹਨਾਂ ਨੇ 23 ਰੱਖੀ, ਦੂਜੀ ਦੀ ਨਾਲ 27 ਰੱਖਤੀ। ਇੱਕ ਪਾਸੇ ਤਾਂ ਇਹਨਾਂ ਦਾ ਮੰਤਰੀ ਕਹਿ ਰਿਹਾ ਵੀ ਅਸੀਂ ਕਮੇਟੀ ਬਣਾਵਾਂਗੇ, ਕਮੇਟੀ ਬਣਾ ਕੇ ਜਿਹੜਾ ਉਹਦਾ ਫੈਸਲਾ ਹੋਊਗਾ ਉਹ ਲਾਗੂ ਕੀਤਾ ਜਾਊਗਾ। ਅਸੀਂ ਸਹਿਮਤ ਹਾਂ ਉਸ ਫੈਸਲੇ 'ਤੇ ਜੋ ਵੀ ਕਮੇਟੀ ਕਰੂਗੀ, ਪਰ ਇੱਕ ਕਮੇਟੀ ਬਣਨ ਤੋਂ ਪਹਿਲਾਂ ਹੀ ਕਮੇਟੀ ਬਣਨ ਤੋਂ ਪਹਿਲਾਂ ਦੁਬਾਰਾ ਫਿਰ ਹੱਲਾ ਕੀਤਾ ਜਾਂਦਾ। ਇਹ ਧੱਕਾ ਕਿਉਂ ਕਰ ਰਹੀ ਹੈ ਸਰਕਾਰ? ਇਹ ਸਾਨੂੰ ਆਸ ਨਹੀਂ ਸੀ ਇਹਨਾਂ 'ਤੇ। A South Asian Canadian channel.